اعوذ باللہ من الشیطان الرجیم اجے جون تسی تھوڑا جا اگے اگے اس نال کرونا دا لے کے ہاں اعوذ باللہ من الشیطان الرجیم بسم اللہ الرحمن الرحیم ਅੱਜ ਸਾਡਾ ਇੱਕ ਰੋਣ ਵਿੱਚ ਜਮ੍ਹਾਂ ਹੋਣੇ ਦਾ ਮਕਸਦ ਇਹ ਗੱਲਬਾਤ ਕਰਨ ਦਾ ਮਕਸਦ ਇਹ ਵੇ ਆਪਣਾ ਇਹ ਸਾਡਾ ਦਫ਼ਤਰ ਆ ਤਮਤੌੜ ਕਾਮ ਸੈਟ ਯੂਨੀਵਰਸਿਟੀ ਦੇ ਨਾਲ ਇਸ ਨਾਲ ਸਾਡੀ ਹਸਪਤਾਲ ਹੈ ਸਾਡਾ ਸਕੂਲ ਹੈ ਕਾਮ ਸੈਟ ਯੂਨੀਵਰਸਿਟੀ ਇੱਥੇ ਤਕਰੀਬਨ ਸ਼ਿਫਟ ਹੋ ਗਈ ਹੈ ਇੱਥੇ ਪਾਰਕਿੰਗ ਦਾ ਮਸਲਾ ਆ ਬੱਚੇ ਪੜ੍ਹਨ ਵਾਲੇ ਆਉਂਦੇ ਨੇ ਉਸਤਾਦਾਂ ਉਸ ਵੇਲੇ ਵੀ ਇੱਥੋਂ ਅਸੀਂ ਆਏ ਹਾਂ ਦਫ਼ਤਰ ਆ ਰਾਹ ਵਿੱਚ ਗੱਡੀਆਂ ਖਲਤੀ ਗਈਆਂ ਬਹੁਤ ਸਾਰਾ ਹਸਪਤਾਲ ਆ ਅੰਦਰ ਕੋਈ ਮਰੀਜ਼ ਆਉਂਦਾ ਉਸ ਜੁੜਨੇ ਦਾ ਮਸਲਾ ਆ ਸਕੂਲ ਦੇ ਗੱਡੀਆਂ ਦਾ ਬੱਚਿਆਂ ਦਾ ਮਸਲਾ ਹੁੰਦਾ ਉਸ ਵਿੱਚ ਅਸੀਂ ਸਰਦਾਰ ਸਾਹਿਬ ਕੋਲ ਗਏ ਹਾਂ ਅਸਾਂ ਇਹਨਾਂ ਇਹ ਗੱਲ ਆਖੀਏ ਕਿ ਯਾਰ ਜੀ ਸਰਦਾਰ ਸਾਹਿਬ ਇਹ ਸਾਡੇ ਰਾਹ ਵਿੱਚ ਗੱਡੀਆਂ ਖਲਦੀਆਂ ਹਨ ਅਸੀਂ ਦਫ਼ਤਰਾਂ ਆਉਂਦੇ ਹਾਂ ਹਸਪਤਾਲ ਵੀ ਮਰੀਜ਼ ਆਉਂਦੇ ਹਨ ਇਹ ਬੜਾ ਮਸਲਾ ਇਸ ਚੀਜ਼ ਦਾ ਇਸ ਵਿੱਚ ਸਰਦਾਰ ਸਾਹਿਬ ਹੁਣ ਆਖਿਆ ਯਾਰ ਅਸੀਂ ਆਪਣੀ ਪਾਰਕਿੰਗ ਵੀ ਥੱਲੇ ਤਿਆਰ ਪੇ ਕਰਨੇ ਆ ਅਸੀਂ ਆਪਣੀ ਪਾਰਕਿੰਗ ਤਿਆਰ ਪੇ ਕਰਨੇ ਆ ਥੋੜ੍ਹਾ ਜਿਹਾ ਸਾਡਾ ਮਸਲਾ ਅਸੀਂ ਰਾਹ ਵਿੱਚ ਇਹ ਤਾਂ ਵਕਤੀ ਗੱਡੀਆਂ ਖਲਦੀਆਂ ਹਨ ਇਸ ਵਿੱਚ ਸਰਦਾਰ ਸਾਹਿਬ ਨਾਲ ਸਾਡੀ ਅਸੀਂ ਇਹਨਾਂ ਕੋਲ ਸਾਡਾ ਵਫਦ ਗਿਆ ਜਿਸ ਵਿੱਚ ਆਦਿਲ ਅਲੀ ਖਾਨ ਸ਼ੇਖ ਸਾਹਿਬ ਯਾਸਰ ਖਾਨ ਭਰਾ ਮੇਰਾ ਵੱਡਾ ਆ ਅਫਤਾਬ ਖਾਨ ਕੋਚ ਸਾਹਿਬ ਨਈਮ ਖਾਨ ਇਹ ਸਾਰੇ ਗਏ ਉਸ ਵਿੱਚ ਇਹਨਾਂ ਦੀ ਇਹ ਗੱਲਬਾਤ ਹੋਈ ਹੈ ਯਾਰਾ ਜੀ ਸਰਦਾਰ ਸਾਹਿਬ ਇਹ ਤੁਸਾਂ ਦੀ ਯੂਨੀਵਰਸਿਟੀ ਦੇ ਇਹਨਾਂ ਪਾਰਕਿੰਗ ਦੀ ਵਜ੍ਹਾ ਤੋਂ ਅਸਾਂ ਦੇ ਗਰਾਂ ਵਾਲਿਆਂ ਤਕਲੀਫ ਹੈ ਉਸ ਵਿੱਚ ਸਰਦਾਰ ਸਾਹਿਬ ਸਾਡੇ ਅੱਗੇ ਰਿਕੁਐਸਟ ਕੀਤੀ ਹੈ ਕਿ ਯਾਰਾ ਤੁਸੀਂ ਸਾਡੇ ਨਾਲ ਧਾਵਨ ਕਰੋ ਸਾਡੇ ਮਹੀਨੇ ਦੋ ਅਤਰਿਆਂ ਦੀ ਗੱਲ ਹੈ ਉਸ ਵਿੱਚ ਅਸੀਂ ਇਨਸ਼ਾਅੱਲਾ ਸਾਡੀ ਪਾਰਕਿੰਗ ਤਲੇ ਤਿਆਰ ਹੋ ਚੁੱਕੀ ਸੀ ਫਿਰ ਅਸੀਂ ਇਨਸ਼ਾਅੱਲਾ ਸਾਡੀਆਂ ਗੱਡੀਆਂ ਵੀ ਅੰਦਰ ਖਲਸਣ ਅਤੇ ਸਾਡੀ ਗਰਾਊਂਡ ਵੀ ਆਪਣੀ ਇਨਸ਼ਾਅੱਲਾ ਤਿਆਰ ਹੋ ਸੀ ਉਸ 'ਤੇ ਫਿਰ ਅਸੀਂ ਸਾਰੇ ਮੁਸ਼ਾਵਰਤ ਇਲੈਕਟਡ ਮੈਂਬਰ ਸਾਰੇ ਬੈਠੇ ਹਾਂ ਜੀ ਉਸ 'ਤੇ ਜਿਸ 'ਤੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਵੀ ਇਤਮਾਦ ਦੇ ਕੇ ਦੇ ਕਹਿਣਗੇ ਅਸੀਂ ਉਹਨਾਂ ਕੋਲ ਜੁਲ ਕੇ ਅਸਾਂ ਆਪੇ ਵਿੱਚ ਇਹ ਫੈਸਲਾ ਕੀਤਾ ਕਿ ਜਿਹੜਾ ਚਲੋ ਉਹਨਾਂ ਰਿਕੁਐਸਟ ਕੀਤੀ ਅਸੀਂ ਉਹਨਾਂ ਨਾਲ ਧਾਵਨ ਜਿਹੜਾ ਹੋਇਆ ਕਰ ਸਕਾਂ ਕਿਉਂਕਿ ਯੂਨੀਵਰਸਿਟੀ ਵੀ ਸਾਡੀ ਹੈ ਅਸਾਂ ਦੇ ਗਰਾਂ ਦੀ ਹੈ ਸਾਡੀ ਇਜ਼ਤ ਹੈ ਅਤੇ ਸਾਡੇ ਬੱਚੇ ਹੀ ਪੜ੍ਹ ਸਨ ਉਸ ਵਿੱਚ ਅਸਾਂ ਇਸ ਚੀਜ਼ ਦਾ ਫੈਸਲਾ ਕੀਤਾ ਕਿ ਸਰਦਾਰ ਸਾਹਿਬ ਚਲੋ ਅਸੀਂ ਸੋਚ ਕੇ ਕੋਈ ਫੈਸਲਾ ਕਰਨੇ ਆ ਉਸ ਵਿੱਚ ਸਰਦਾਰ ਸਾਹਿਬ ਆ ਜਿਸ ਵੇਲੇ ਅੱਗੋਂ ਮੈਂ ਇਹ ਗੱਲ ਆਖੀਏ ਮੈਂ ਕਿਹਾ ਜੀ ਸਰਦਾਰ ਸਾਹਿਬ ਤੁਸੀਂ ਅਸਾਂ ਕਿ ਬੈਨੀਫਿਟ ਦੇ ਸੋ ਸਰਦਾਰ ਸਾਹਿਬ ਅੱਗੋਂ ਹਸਕੇਨ ਸ਼ੇਖ ਸਾਹਿਬ ਹੋਣੀ ਹੈ ਸ਼ੇਖ ਸਾਹਿਬ ਉਹਨਾਂ ਦਾ ਵੀ ਹਸਕੇਨ ਜਰਾ ਤੁਸੀਂ ਅੱਜ ਸਾਡੇ ਕੋਲੋਂ ਚੰਗੀ ਮਹਿਮਾਨ ਨਵਾਜ਼ੀ ਕਰਦੇ ਹੋ ਯਾਰਾ ਅਸਾਂ ਦੀਆਂ 15-20-30 ਗੱਡੀਆਂ ਖਲਸਣ ਅਤੇ ਅਸਾਂ ਦੇ ਤੁਸੀਂ ਨਾਲ ਕੋਈ ਸ਼ਰਤ ਵੀ ਪੇ ਰੱਖਦੇ ਹੋ ਅਸਾਂ ਆਖਿਆ ਸਰਦਾਰ ਸਾਹਿਬ ਅਸੀਂ ਆਪਣੀ ਜ਼ਾਤ ਵਾਸਤੇ ਕੋਈ ਸ਼ਰਤ ਨਾ ਰੱਖਦੇ ਅਸੀਂ ਆਪਣੇ ਇਲਾਕੇ ਵਾਸਤੇ ਕੋਈ ਸ਼ਰਤ ਰੱਖ ਸਾਂ ਉਹਨਾਂ ਆਖਿਆ ਤੁਸਾਂ ਦੀ ਕੀ ਸ਼ਰਤ ਹੈ ਅਸਾਂ ਆਖਿਆ ਸਰਦਾਰ ਸਾਹਿਬ ਤੁਸੀਂ ਗੱਡੀਆਂ ਉੱਥੇ ਪੇ ਖਲਿਆਰੋ ਪਰ ਉਹ ਗਰਾਊਂਡ ਆ ਕੱਸੀ ਵਾਲੀ ਸਾਈਡ ਗੱਡੀਆਂ ਖਲਿਆਰ ਸੋ ਉਸ 'ਤੇ ਸ਼ਰਤ ਦੇਵੇ ਕਿ ਜਿਹੜੇ ਉੱਥੇ ਮਿੱਟੀ ਦੇ ਢੇਰ ਲੱਗੇ ਦੇ ਇਸ ਤੋਂ ਪਹਿਲੇ ਇੱਥੇ ਸਾਰੇ ਢੇਰ ਲੱਗੇ ਦੇ ਅਤੇ ਤੁਸੀਂ ਉਹਨਾਂ ਢੇਰਾਂ ਸਾਰਾ ਕਰਕੇ ਅਤੇ ਗੇਟ ਤੋਂ ਪਰਲੇ ਪਾਸੇ ਤੁਸੀਂ ਆਪਣੀ ਗੱਡੀਆਂ ਦੀ ਪਾਰਕਿੰਗ ਰੱਖ ਸੋ ਇਹਨਾਂ ਆਖਿਆ ਇਹਨਾਂ ਜਿਸ ਵੇਲੇ ਮੌਕੇ 'ਤੇ ਦੇਖਿਆ ਤਾਂ ਕਮ ਅਜ਼ ਕਮ ਇੱਥੇ 4 ਤੋਂ 5 ਲੱਖ ਰੁਪਏ ਦਾ ਇਹ ਖਰਚਾ ਆ ਮਸ਼ੀਨਾਂ ਦੀ ਬੋਲੀ ਲੱਗੀ ਹੈ ਕਮ ਅਜ਼ ਕਮ 5 ਲੱਖ ਰੁਪਏ ਦਾ ਇਹ ਖਰਚਾ ਹੋਇਆ ਅਸਾਂ ਇਹ ਬੈਨੀਫਿਟ ਨਜ਼ਰ ਆਇਆ ਕਿ ਸਰਦਾਰ ਸਾਹਿਬ ਆਖਿਆ ਮੈਂ ਤਮਤੌੜੇ ਵਾਲੇ ਮੇਰਾ ਆਪਣਾ ਘਰ ਹੈ ਤਮਤੌੜ ਤਮਤੌੜੇ ਦੇ ਭਰਾ ਮੇਰੇ ਭਰਾ ਅਗਰ ਇਹ ਫੁੱਟਬਾਲ ਵਾਲਿਆਂ ਵਾਸਤੇ ਅੱਛਾ ਸੀ ਇਮਾਦ ਖਾਨ ਆਦਿਲ ਅਲੀ ਖਾਨ ਸਾਹਿਬ ਜਾਂ ਯਾਸਰ ਖਾਨ ਸਾਹਿਬ ਇਹ ਫੁੱਟਬਾਲ ਵਾਸਤੇ ਅੱਛਾ ਤੁਸਾਂ ਦੇ ਗਰਾਂ ਵਾਸਤੇ ਅੱਛਾ ਹੈ ਅਤੇ ਮੈਂ ਚਲੋ ਮੈਂ ਕਦੋਂ ਵੀ ਚਾਹਣੇ ਵਾਸਤੇ ਇਨਸ਼ਾਅੱਲਾ ਯੂਨੀਵਰਸਿਟੀ ਤਰਫੋਂ ਅਸੀਂ ਤਿਆਰ ਹਾਂ ਸਰਦਾਰ ਸਾਹਿਬ ਉਹਨਾਂ ਦੇ ਧਾਵਨ ਨਾਲ ਇਹ ਦੇਖ ਕੇ ਨੋ ਜੀ ਪਹਿਲੇ ਇੱਥੇ ਗਰਾਊਂਡਾਂ ਦੇ ਢੇਰ ਲੱਗੇ ਦੇ ਅਤੇ ਚੱਲ ਅਲਹਮਦੁਲਿਲਾ ਇਹ ਸਾਰੇ ਗਰਾਂ ਦੇ ਸਾਹਮਣੇ ਮੈਂ ਇਹ ਗੱਲ ਦੇਖ ਕੇ ਨੋ ਮਾਸ਼ਾਅੱਲਾ ਗਰਾਊਂਡ ਸਾਡੀ ਕਿੱਥੋਂ ਕਿੱਥੇ ਚਲੀ ਗਈ ਹੈ ਇਹ ਕਮ ਉਸ ਕੰਮ ਵਿੱਚ 28 ਘੰਟੇ ਕਿਤਨਾ ਮਸ਼ੀਨ ਲੱਗੀ ਰਹੀ ਹੈ 28 ਘੰਟੇ ਮਸ਼ੀਨ ਲੱਗੀ ਹੈ ਪਰ ਘੰਟਾ ਤੁਸੀਂ 6000 ਰੁਪਇਆ ਵੀ ਲਓ ਅਤੇ ਕਮ ਉਸ ਕੰਮ
ਡੇਢ ਦੋ ਲੱਖ ਰੁਪਇਆ ਇਹ ਲੱਗੇ ਦਾ ਸਾਹਮਣੇ ਨਜ਼ਰ ਪਿਆ ਆਉਂਦਾ ਜੀ। ਉਸ ਵਿੱਚ ਫਿਰ ਇਹ ਗੱਲ ਹੋਈ ਹੈ ਜੀ, ਅਸਾਂ ਆਖਿਆ ਸਰਦਾਰ ਸਾਹਿਬ ਤੁਸੀਂ ਆਪਣੀ ਇਹ ਤਰਤੀਬ ਕਰੋ ਜੀ, ਅਸਾਂ ਖੁਸ਼ੀ ਹੈ ਸਾਡੇ ਬੱਚਿਆਂ ਦੀ ਗਰਾਉਂਡ ਵੀ ਸਿੱਧੀ ਹੋ ਚੁੱਕ ਸੀ, ਅਸਾਂ ਇਹਨਾਂ ਬੈਨੀਫਿਟ ਵੀ ਦਿੱਤਾ, ਅਸਾਂ ਇਸ 'ਤੇ ਫਾਇਦਾ ਨਜ਼ਰ ਆਇਆ ਆਪਣੇ ਇਲਾਕੇ ਦਾ। ਅਸਾਂ ਦਾ ਗੱਲਬਾਤ ਕਰਨ ਦਾ ਮਕਸਦ ਇਹ ਕਿ ਅਸਾਂ ਅਜੇ ਫੈਸਲਾ ਕੀਤਾ ਹੈ ਤਾਂ ਕਿ ਕੱਲ੍ਹ ਸ਼ਰਤ ਨਸ਼ਤੀਨੀ ਕੋਲੋਂ ਪਹਿਲੇ ਅਸੀਂ ਆਪਣੇ ਗਰਾਏ ਆਗਾਹ ਕਰ ਸਕਾਂ ਕਿ ਅਸਾਂ ਇਹ ਫੈਸਲਾ ਕੀਤਾ ਜਿਸ 'ਤੇ ਸਾਡੇ ਢੇਰ ਵੀ ਸਾਰੇ ਹੋ ਗਏ ਜੀ, ਅਤੇ ਉਸ ਤੋਂ ਬਾਅਦ ਸਾਡੀ ਗਰਾਉਂਡ ਵੀ ਸਿੱਧੀ ਹੋ ਗਈ ਔਰ ਮਜ਼ੀਦ ਵੀ ਇਨਸ਼ਾਅੱਲਾ ਸਾਡੇ ਨਾਲ ਯੂਨੀਵਰਸਿਟੀ ਧਾਵਨ ਕਰ ਸੀ ਔਰ ਅਸਾਂ ਦਾ ਕੋਈ ਨਾ ਕੋਈ ਥੋੜ੍ਹਾ ਜਿਹਾ ਤੈਅ ਹੋਇਆ ਕੋਈ ਮਾਮਲਾਤ ਇਸ ਤਰ੍ਹਾਂ ਯਾਰ ਕੋਈ ਅਸੀਂ ਤੁਸਾਂ ਕੋਈ ਨਾ ਕੋਈ ਹੋਰ ਵੀ ਧਾਵਨ ਕਰ ਸਾਂ। ਉਸ ਵਿੱਚ ਇਹ ਹੋਇਆ ਕਿ ਅਸਾਂ ਸਰਦਾਰ ਸਾਹਿਬ ਕਦੇ ਤੁਸੀਂ 3-4 ਮਹੀਨੇ ਅਗਰ ਤੁਸੀਂ ਗੱਡੀਆਂ ਖਿਲਾਰਦੇ ਹੋ ਸਾਡੇ ਗਰਾਏ ਤਾਂ ਚਲੋ ਜਿਹੜਾ ਕੋਈ ਸਾਡਾ ਕੁਝ ਕੁਝ ਹੋਇਆ ਕੁਝ ਅਸਾਂ ਇਜਤਮਾਈ ਗਰਾਊਂਡਾਂ ਵਿੱਚ ਕੋਈ ਸਟਰੀਟ ਲਾਈਟ ਲਾ ਦਿਓ, ਉਹ ਜਿਸ ਤਰ੍ਹਾਂ ਲਾਈਟਾਂ ਨੱਠਦਾ ਲੱਗਦੀਆਂ ਨੇ ਲਾ ਦਿਓ ਜਿਹੜਾ ਹੋਇਆ। ਇਹਨਾਂ ਆਖਿਆ ਜੀ ਇਨਸ਼ਾਅੱਲਾ ਤਾਲਾ ਫੁੱਟਬਾਲ ਵਾਸਤੇ ਅਸੀਂ ਆਪਣੇ ਤੁਸੀਂ ਧਮਤੋੜੇ ਵਾਸਤੇ ਜੇ ਕੋਈ ਸਾਡੇ ਕੋਲੋਂ ਯੂਨੀਵਰਸਿਟੀ ਦਾ ਧਾਵਨ ਹੋਇਆ ਅਸੀਂ ਧਾਵਨ ਕਰਦੇ ਰਹੇ ਸਾਂ ਔਰ ਅਸੀਂ ਇਨਸ਼ਾਅੱਲਾ ਫਿਰ ਵੀ ਧਾਵਨ ਕਰਦੇ ਰਹੇ ਸਾਂ। ਸਾਡੇ ਗਰਾਏ ਦੇ ਖਤੀਬ ਸਾਹਿਬ ਵੀ ਖਲਤੇ ਦੇਣ, ਸਾਡੇ ਇਲੈਕਟਡ ਮੈਂਬਰ ਵੀ ਖਲਤੇ ਦੇਣ, ਅਤੇ ਅਸਾਂ ਇਹ ਫੈਸਲਾ ਕੀਤਾ ਕਿ ਜਰਾ 2-3 ਮਹੀਨੇ ਵਾਸਤੇ ਅਸੀਂ ਇਹ ਜਾ ਪੱਕੀ ਨਹੀਂ ਦਿੱਤੀ। ਬਾਅਦ ਲੋਕ ਇਹ ਆਖਦੇ ਨੇ ਕਿ ਯਾਰਾ ਗਰਾਊਂਡ ਯੂਨੀਵਰਸਿਟੀਆਂ ਯੂਨੀਵਰਸਿਟੀ ਕੋਲ ਮਾਸ਼ਾਅੱਲਾ 500 ਕਨਾਲ ਦਾ ਰਕਬਾ ਹੈ ਜਿਸ ਵਿੱਚ ਉਹ ਆਪਣੀਆਂ ਗਰਾਊਂਡਾਂ ਵੀ ਅੰਦਰ ਪੜਾ ਸੋਣ, ਉੱਥੇ ਸਾਡੇ ਬੱਚੇ ਵੀ ਖੇਡ ਸੋਣ, ਉਹਨਾਂ ਦੇ ਬੱਚੇ ਇੱਥੇ ਵੀ ਖੇਡ ਸੋਣ। ਇਹ ਗਰਾਊਂਡ ਧਮਤੋੜੇ ਦੀ ਹੈ, ਇਹ ਕਿਸੇ ਦੀ ਨਹੀਂ, ਨਾ ਹੀ ਕੋਈ ਗਰਾਊਂਡ ਕਿਸੇ ਦਾ ਦੇ ਹੱਕਦਾ, ਠੀਕ ਹੈ ਜੀ। ਇਹ ਗਰਾਊਂਡ ਸਾਡੇ ਧਮਤੋੜੇ ਦੀ ਹੈ, ਫੁੱਟਬਾਲ ਦੀ ਹੈ, ਹਰ ਬੱਚਾ ਖੇਡੇ, ਯੂਨੀਵਰਸਿਟੀ ਵਾਲੇ ਖੇਡਣ, ਇਹ ਨਾਲ ਚਾਹ ਕੇ ਕੋਈ ਨਹੀਂ ਖੜਦਾ, ਠੀਕ ਹੈ ਜੀ। ਇਸ ਵਿੱਚ ਇਹ ਫੈਸਲਾ ਹੋਇਆ, ਇਸ ਤੋਂ ਬਾਅਦ ਬਾਕੀ ਗੱਲ ਨਮਾਨ ਭਾਈ ਕਰ ਸੁਣ, ਸ਼ੇਖ ਸਾਹਿਬ ਕਰ ਸੁਣ, ਬਹੁਤ ਸ਼ੁਕਰੀਆ ਜੀ। ਅਸਲਾਮ ਵਾਲੇਕੁਮ ਜੀ, ਮੈਂ ਸਾਰੇ ਭਰਾਵਾਂ ਦਾ ਸ਼ੁਕਰਗੁਜ਼ਾਰ ਹਾਂ ਜਿਹੜੇ ਇਲੈਕਟਡ ਮੈਂਬਰਸ ਹੋ, ਨਮਾਦ ਸ਼ੇਖ ਸਾਹਿਬ, ਖਦੀਪ ਸਾਹਿਬ ਵੀ ਆਏ, ਸਾਰੇ ਉਹਨਾਂ ਸਾਰਿਆਂ ਦਾ ਵੀ ਸ਼ੁਕਰਗੁਜ਼ਾਰ ਹਾਂ। ਮੈਂ ਇੱਕ ਚੀਜ਼ ਪਹਿਲੇ ਕਲੀਅਰ ਕਰ ਛੋੜਾਂ, ਜਿਸ ਤਰ੍ਹਾਂ ਇਹ ਗਰਾਊਂਡ ਸਾਡੀ ਕੌਮਸੈਟਸ ਦੇ ਬੱਚਿਆਂ ਦੀ, ਅਸਾਤਾ ਦੀ, ਇਸੇ ਤਰ੍ਹਾਂ ਕੌਮਸੈਟ ਯੂਨੀਵਰਸਿਟੀ ਦੀ ਵੀ ਹਰ ਜਗ੍ਹਾ ਐਲਾਨੇ ਧਮਤੋੜ ਦੀ ਹੈ। ਅਸਾਂ ਵਾਸਤੇ ਜਿਸ ਤਰ੍ਹਾਂ ਕੌਮਸੈਟਸ ਦੇ ਅੰਦਰ ਬਿਲਡਿੰਗ ਜਾਂ ਕੋਈ ਜਗ੍ਹਾ, ਉਸੇ ਤਰ੍ਹਾਂ ਇਹ ਜਗ੍ਹਾ ਵੀ ਸੜੀ ਹੈ। ਇਸ ਤੋਂ ਸਿਰਫ ਕੌਮਸੈਟ ਦਾ ਫਾਇਦਾ ਨਹੀਂ ਹੋਇਆ, ਮੇਰੇ ਖਿਆਲ ਇਲਾਕਿਆਂ ਵੀ ਫਾਇਦਾ ਹੋਇਆ, ਲੋਕਾਂ ਵੀ ਫਾਇਦਾ ਹੋਇਆ, ਗਰਾਊਂਡ ਦਾ ਵੀ ਫਾਇਦਾ ਹੋਇਆ। ਤੁਸੀਂ ਦੇਖ ਰਹੇ ਜ਼ਮੀਨ ਸਾਰੀ ਹੋਈ ਦੀ ਸਾਰੀ ਹੈ, ਇਸ ਤੋਂ ਇਨਸ਼ਾਅੱਲਾ ਖਾਕਾ ਸਟਾ ਕੇ ਸਭ ਬਿਲਕੁਲ ਬਰਾਬਰ ਕਰਕੇ ਸਾਰਾ ਕੋਈ ਕਰ ਛੋੜ ਸਾਂ। ਅਗਰ ਤੁਸੀਂ ਇਸ ਸਾਈਡ 'ਤੇ ਦੇਖੋ ਤਾਂ ਮੈਂ ਆਖਿਆ ਜੀ ਅਸਾਂ ਮਟੀ ਸਟਾ ਕੇ ਲੈਵਲ ਕਰਕੇ ਦੇਣੀ ਹੈ, ਗਰਾਊਂਡ ਵੀ ਲੈਵਲ ਹੋਈ ਸੀ, ਅਸੀਂ ਅਸਾਂ ਕੋਲ ਮਸ਼ੀਨਰੀ ਹੈ, ਅੱਜ ਕੱਲ੍ਹ ਕੰਮ ਲੱਗੇ ਦਾ, ਅਸੀਂ ਮਸ਼ੀਨਰੀ ਨਾਲ ਇਸਾਂ ਲੈਵਲ ਵੀ ਕਰਕੇ ਦੇ ਸਾਂ। ਪਾਣੀ ਪਹਿਲੇ ਸੈਂਟਰ ਵੀ ਗਰਾਊਂਡ ਵੀ ਖਲਦਾ ਆ, ਹੁਣ ਸੈਂਟਰ ਵਿੱਚ ਵੀ ਨਾ ਖਲਸੀ। ਮੈਂ ਦੁਬਾਰਾ ਇਹ ਚੀਜ਼ ਕਲੈਰੀਫਾਈ ਕਰ ਛੋੜਨਾ ਕਿ ਯੂਨੀਵਰਸਿਟੀ ਵੀ ਧਮਤੋੜ ਦੀ ਹੈ ਅਤੇ ਧਮਤੋੜ ਵੀ ਕੌਮਸੈਟ ਫੈਲਾਉਂਦਾ। ਅਸੀਂ ਸਾਰੇ ਭਰਾ ਹਾਂ, ਇੱਕ ਹੀ ਘਰੇ ਦੇ ਲੋਕ ਹਾਂ, ਇੱਕ ਹੀ ਫਰਦ ਦੇ ਲੋਕ ਹਾਂ, ਇੱਕ ਹੀ ਨੂੰ ਖਲਦੇ ਉੱਠਦੇ ਬਹਿੰਦੇ ਹਾਂ, ਅੱਗਾਂ ਵੀ ਖਲਦੇ ਉੱਠਦੇ ਬੈਸਾਂ। ਜਿਸ ਕਿਸਮ ਦਾ ਧਾਵਨ ਸਾਡੀ ਆਪਣੀ ਕਪੈਸਿਟੀ ਵਿੱਚ, ਸਾਡੀ ਰੀਚ ਵਿੱਚ ਜਿੰਨਾ ਯੂਨੀਵਰਸਿਟੀ ਦੀ ਤਰਫੋਂ ਹੋਇਆ, ਹਰ ਵੇਲੇ ਇਹਨਾਂ ਨਾਲ ਰਹਿਸੀ, ਇਹਨਾਂ ਨਾਲ ਬੜੀ ਅੱਛੀ ਮੁਸ਼ਾਵਰਤ ਹੋਈ ਹੈ। ਇਲਾਕੇ ਆ ਬਿਹਤਰ ਕਰਨ ਦਾ ਮਕਸਦ ਹੈ, ਜਿੱਤੀ ਤਾਲੀਮ ਆਸੀ ਯੂਨੀਵਰਸਿਟੀ ਵਾਲੇ ਨਾਲ ਤਾਲੀਮ ਆਉਂਦੀ ਹੈ, ਰੁਜ਼ਗਾਰ ਵੀ ਬਣਾ ਆਉਂਦਾ ਹੈ, ਤਾਲੀਮ ਮਿਲ ਸੀ ਬੱਚਿਆਂ, ਤਾਲੀਮ ਮਿਲ ਸੀ ਅਗਲੀ ਨਸਲਾਂ ਪੜ ਸਨ, ਰੁਜ਼ਗਾਰ ਲੋਕਾਂ ਮਿਲ ਸੀ। ਲਿਹਾਜ਼ਾ ਇਸੇ ਖੁਸ਼ਸਲੂਬੀ ਨਾਲ ਜਿੰਨਾ ਮਾਮਲਾਤ ਤੈਅ ਹੋਏ, ਮੈਂ ਸਾਰਿਆਂ ਅੱਗੇ ਦਰਖਵਾਸਤ ਕਰ ਸਾਂ, ਦੁਆ ਕਰ ਸਾਂ ਕਿ ਇਸ ਖੁਸ਼ਸਲੂਬੀ ਨਾਲ ਮਾਮਲਾਤ ਹੋਰ ਤੈਅ ਹੁੰਦੇ ਰਹਿਣ, ਅੱਗਾਂ ਵੀ ਇਸ ਤਰ੍ਹਾਂ ਪ੍ਰਵਲੀ ਨਾਲ ਟੋਰਾਂ। ਸ਼ੁਕਰੀਆ। ਅਊਜ਼ੁ ਬਿੱਲਾਹਿ ਮਿਨ ਸ਼ੈਤਾਨਿਰ ਰਜੀਮ, ਬਿਸਮਿਲ੍ਲਾਹਿ ਰਹਿਮਾਨਿਰ ਰਹੀਮ। ਮੈਂ ਸਾਰਿਆਂ ਭਰਾਵਾਂ ਦਾ ਸ਼ੁਕਰੀਆ ਅਦਾ ਕਰਨਾ। ਅਸਾਂ ਇੱਕ ਆਪਣੇ ਬੱਚਿਆਂ ਦੇ ਮੁਸਤਕਬਲ ਵਾਸਤੇ ਸਾਡੀ ਫੁੱਟਬਾਲ ਦਾ ਮਿਆਰ, ਜਦ ਦਾ ਗਰਾਊਂਡ ਦਾ ਕੰਮ ਲੱਗਿਆ, ਉਸ ਤੋਂ ਬਾਅਦ ਸਾਡੇ ਕਲੱਬਾਂ ਦਾ ਲੈਵਲ ਜਿਹੜਾ ਨਾ ਜੀ, ਬਹੁਤ ਥੱਲੇ ਆ ਗਿਆ। ਪ੍ਰੈਕਟਿਸ ਦਾ ਭੁਗਤਾਨ ਹੋਣ ਦੀ ਵਜ੍ਹਾ ਤੋਂ ਕਿ ਗਰਾਊਂਡ ਉਹਨਾਂ ਕੋਲ ਨਹੀਂ ਜਿੱਥੇ ਉਹ ਪ੍ਰੈਕਟਿਸ ਕਰ ਰਹੇ ਹੋਣ। ਪਹਿਲੇ ਇਸੇ ਗਰਾਊਂਡ ਵਿੱਚ ਹਾਕੀ ਵੀ ਖੇਡੀ ਜੁਲਦੀ, ਫੁੱਟਬਾਲ ਵੀ ਖੇਡਿਆ ਜੁਲਦਾ ਆ, ਔਰ ਕ੍ਰਿਕਟ ਵੀ ਖੇਡਾਉਂਦੇ ਆ, ਜਦਕਿ ਨਾਲ ਹੀ ਵਾਲੀਬਾਲ ਵੀ ਖੇਡਾਉਂਦੇ ਆ। ਹੁਣ ਇੱਕ ਗੇਮ ਵੀ ਨਹੀਂ ਹੋ ਸਕਦੀ, ਪ੍ਰੋਪਰ ਤਰੀਕੇ ਨਾਲ ਗੇਮ ਨਹੀਂ ਹੋ ਸਕਦੀ। ਬਾਰਿਸ਼ ਅਗਰ ਹੋ ਜੁਲੇ ਤਾਂ ਤਲਾਬ ਦਾ ਮੰਜ਼ਰ ਪੇਸ਼ ਕਰਦੀ ਹੈ, ਇੱਥੇ ਤਲਾਬ ਬਣ ਜੁਲਦੇ ਨੇ, ਔਰ ਸੈਂਟਰ ਪੇ ਪਿੱਛੇ ਤੁਸੀਂ ਦੇਖੋ ਉੱਥੇ ਬਿਲਕੁਲ ਕੋਈ ਗੁੰਜਾਇਸ਼ ਨਹੀਂ ਹੈ। ਇੱਕ ਦਿਹਾੜੇ ਅਗਰ ਬਾਰਿਸ਼ ਹੁੰਦੀ ਹੈ ਤਾਂ 10 ਦਿਨ ਜਿਹੜਾ ਨਾ ਜੀ ਇੱਥੇ ਫੁੱਟਬਾਲ ਨਹੀਂ ਖੇਡ ਸਕਦੇ। ਪਹਿਲੇ ਹਾਲਾਂਕਿ 2-3 ਦਿਨ ਬਾਰਿਸ਼ ਹੋਵੇ, 3-3 4-4 ਦਿਨ ਬਾਰਿਸ਼ ਹੁੰਦੀ, 2 ਘੰਟੇ ਸਿਰਫ ਗਰਾਊਂਡ ਆ ਮਿਲਦੇ, ਉਸ ਤੋਂ ਬਾਅਦ ਗਰਾਊਂਡ
ਖੇਡਣੇ ਜੋਗੀ ਬਣ ਜੁਲਦੀ ਹੈ ਜੀ। ਅਤੇ ਇਹਨਾਂ ਪਾਰਕਿੰਗ ਦੀ ਵਜ੍ਹਾ ਤੋਂ ਬੜੇ ਮਸਾਇਲ ਬਣੇ ਦੇ, ਇਹ ਤਾਂ ਅਜਰ ਸਿਰਫ ਦਾਖਲਾ ਕਿ ਨੇਲੇ ਬੱਚੇ ਜਿਹੜੇ ਪਿਆ ਆਉਂਦੇ ਨੇ ਉਸ ਦੀ ਵਜ੍ਹਾ ਤੋਂ ਇਤਨੀ ਪਾਰਕਿੰਗ ਬਣੀ ਦੀ ਹੈ, ਅਤੇ ਜਬਕਿ 16 ਤਰੀਕ ਅਗਰ ਯੂਨੀਵਰਸਿਟੀ ਆ ਗਈ ਤਾਂ ਫਿਰ ਤਾਂ ਗੁਜ਼ਰਨੇ ਰਾਹ ਵੀ ਨਾ ਮਿਲ ਸੀ। ਇਸ ਖਾਤਰ ਅਸਾਂ ਉਸ ਦੇ ਸਦਭਾਵ ਦੀ ਖਾਤਰ ਇਹਨਾਂ ਯੂਨੀਵਰਸਿਟੀਆਂ ਨਾਲ ਅਸਾਂ ਰਾਬਤਾ ਕੀਤਾ, ਔਰ ਇਹਨਾਂ ਜਿਹੜਾ ਹੈ ਨਾ ਜੀ ਸਾਡੇ ਕੋਲੋਂ 51 ਮੰਗਿਆ, ਜਿਸ ਵਿੱਚ ਅਸਾਂ ਹੈੱਡ ਮਾਸਟਰ ਸਾਹਿਬ ਇਹ ਗਰਾਊਂਡ ਜਿਹੜੀ ਹੈ ਮਲਕੀਤੀ ਸਕੂਲ ਦੀ ਹੈ ਉਹ ਗਰਾਊਂਡ ਜਿਹੜੀ ਇਹਨੇ ਬਿਲਕੁਲ ਇਹ ਯੂਨੀਅਨ ਕੌਂਸਲ ਤੋਂ ਤੋੜ ਦੀ ਹੈ, ਔਰ ਇਸ ਖਾਤਰ ਅਸਾਂ ਇਤਮਾਦ 'ਤੇ ਘਿਣ ਕੇ ਹੈੱਡ ਮਾਸਟਰ ਸਾਹਿਬ ਨਾਲ ਅਸਾਂ ਗੱਲ ਕਰਕੇ ਸਾਰੀ ਇਹਨਾਂ ਫਿਰ ਅਦਾਰਿਆਂ ਆਪਸ ਵਿੱਚ ਤਾਵਨ ਕੀਤਾ, ਔਰ ਇਹਨਾਂ ਅਸਾਂ ਇਹ ਜਗ੍ਹਾ ਥੋੜ੍ਹੀ ਜਿਹੀ ਜਗ੍ਹਾ ਪਿੱਛੇ ਜਿਹੜੀ ਇਹਨਾਂ ਮਿੱਟੀ ਸਿੱਧੀ ਕਰਕੇ, ਬਾਕੀ ਗੱਲਾਂ ਸਾਰੀਆਂ ਇਸ ਬਾਰੇ ਵਿੱਚ ਤੁਸੀਂ ਮਾਦ ਖਾਨ ਦੱਸ ਸਕੀਆਂ, ਅਤੇ ਜ਼ਿਆਦਾ ਟਾਈਮ ਤੁਸੀਂ ਨਾ ਕਹਿੰਦੇ। ਵਸਲਾਮ ਜੀ। ਬਿਸਮਿਲ੍ਲਾਹਿਰ ਰਹਿਮਾਨ ਰਹੀਮ। ਇਹ ਪ੍ਰੋਪੋਗੈਂਡੇ ਦੀਆਂ ਜਿਹੜੀਆਂ ਗੱਲਾਂ ਮਾਦ ਖਾਨ ਉਹਨਾਂ ਕੀਤੀਆਂ ਨਾ ਜੀ, ਕਿ ਹੋ ਸਕਦਾ ਇਸ ਕਿਸਮ ਦੀ ਨੈਗੇਟਿਵ ਗੱਲਾਂ ਵੀ ਆਸ ਹੋਣ ਥੋੜ੍ਹੀ ਜਿਹੀ ਨਾ, ਆਹ ਵੀ ਅਖਤਿਆਨ। ਅਤੇ ਇਹ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਜੀ ਕਿ ਇਹ ਜਿਹੜੀ ਗਰਾਊਂਡਾਂ ਦੀ ਪ੍ਰੋਪਰਟੀ ਹੈ 19 ਕਨਾਲ ਹੈ ਜਾਂ 20 ਕਨਾਲ ਹੈ, ਇਹ ਡੋਨੇਟ ਪ੍ਰੋਪਰਟੀ ਹੈ, ਇਹ ਕੋਈ ਪਰਚੇਜ਼ ਪ੍ਰੋਪਰਟੀ ਨਹੀਂ ਕਿ ਜਿਹੜਾ ਅਸੀਂ ਅਸਾਂ ਨਾ ਕੋਈ ਸਾਂ ਮੈਂਬਰ ਆ ਕੇ